ਗੁੱਡ ਮਾਰਨਿੰਗ ਸਟੂਡੈਂਟਸ, ਮੈਂ ਜਤਿੰਦਰਪਾਲ ਕੌਰ, ਸਰਕਾਰੀ ਐਲੀਮੈਂਟਰੀ ਸਕੂਲ ਮਹੱਦੀਪੁਰ ਤੋਂ ਤੁਹਾਡੇ ਨਾਲ ਸਵੇਰ ਦੀ ਸਭਾ ਦੀ ਸਲਾਈਡ ਸਾਂਝੀ ਕਰਨ ਜਾ ਰਹੀ ਹਾਂ। ਹਾਂਜੀ, ਸਭ ਤੋਂ ਪਹਿਲਾਂ ਅੱਜ ਦੀ ਮਿਤੀ। ਅੱਜ ਮਿਤੀ 17 ਸਤੰਬਰ 2020 ਹੈ ਅਤੇ ਅੱਜ ਦਾ ਦਿਨ ਹੈ ਵੀਰਵਾਰ, ਥਰਸਡੇ। THURSDAY, ਥਰਸਡੇ। ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਅੱਜ ਦਾ ਵਿਚਾਰ ਹੈ, ਅਨੁਸ਼ਾਸਨ ਪਸੰਦ ਲੋਕ ਸਭ ਤੋਂ ਵੱਧ ਸੁਖੀ ਹੁੰਦੇ ਹਨ। ਹਾਂਜੀ ਬੱਚਿਓ, ਇਸ ਦਾ ਭਾਵ ਇਹ ਹੈ, ਅਨੁਸ਼ਾਸਨ ਦਾ ਭਾਵ ਹੈ ਕਿ ਹਰ ਕੰਮ ਨੂੰ ਕਿਸੇ ਸੀਮਾਬੱਧ ਸਮੇਂ ਵਿੱਚ ਕਰਨਾ, ਕਿਸੇ ਲਿਮਿਟ ਵਿੱਚ ਰਹਿ ਕੇ ਕਰਨਾ। ਜਦੋਂ ਅਸੀਂ ਕੋਈ ਵੀ ਕੰਮ ਸਮੇਂ ਸਿਰ ਕਰਦੇ ਹਾਂ, ਕਿਸੇ ਤਰੀਕੇ ਨਾਲ ਕਰਦੇ ਹਾਂ, ਤਾਂ ਉਹ ਜਿਹੜਾ ਕੰਮ ਹੈ ਬੜੇ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ ਅਤੇ ਸਾਨੂੰ ਕੋਈ ਵੀ ਮੁਸ਼ਕਲ ਨਹੀਂ ਆਉਂਦੀ। ਇਸ ਕਰਕੇ ਸਾਨੂੰ ਹਰ ਇੱਕ ਕੰਮ ਜਿਹੜਾ ਹੈ ਉਹ ਅਨੁਸ਼ਾਸਨ ਵਿੱਚ ਰਹਿ ਕੇ ਹੀ ਕਰਨਾ ਚਾਹੀਦਾ ਹੈ। ਅਨੁਸ਼ਾਸਨ ਸਾਡੇ ਜੀਵਨ ਵਿੱਚ ਬਹੁਤ ਹੀ ਜ਼ਰੂਰੀ ਹੈ। ਅੱਗੇ ਹਨ ਗਿਆਨ ਵਿਗਿਆਨ ਦੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਕੌਣ ਸੀ? ਮਦਰ ਟ੍ਰੇਸਾ। ਕੁਸਚਨ ਨੰਬਰ 2, ਭਾਰਤ ਵਿੱਚ ਸਭ ਤੋਂ ਵੱਡਾ ਮਿਊਜ਼ੀਅਮ ਕਿੱਥੇ ਹੈ? ਚੇਨਈ। ਕੁਸਚਨ ਨੰਬਰ 3, ਪਾਣੀ ਦਾ ਉਬਾਲ ਦਰਜਾ ਕਿੰਨਾ ਹੁੰਦਾ ਹੈ? 100 ਡਿਗਰੀ ਸੈਲਸੀਅਸ। ਪ੍ਰਸ਼ਨ ਨੰਬਰ 4, ਸੂਰਜ ਪਰਿਵਾਰ ਵਿੱਚ ਸਭ ਤੋਂ ਠੰਡਾ ਗ੍ਰਹਿ ਕਿਹੜਾ ਹੈ? ਨੈਪਚੂਨ। ਕੁਸਚਨ ਨੰਬਰ 5, ਸਭ ਤੋਂ ਵੱਡਾ ਸਮੁੰਦਰੀ ਜੀਵ ਕਿਹੜਾ ਹੈ? ਵੇਲ। ਅੱਗੇ ਹਨ ਬੁਝਾਰਤ, ਆਓ ਬੁਝੀਏ। ਇੱਕ ਖੂਹ ਵਿੱਚ 5 ਡੱਡੂ ਹਨ, 2 ਡੱਡੂ ਬਿਮਾਰ ਹੋ ਗਏ, ਦੱਸੋ ਹੁਣ ਖੂਹ ਵਿੱਚ ਕਿੰਨੇ ਡੱਡੂ ਹਨ? ਹਾਂਜੀ ਬੇਟਾ, ਖੂਹ ਵਿੱਚ 5 ਦੇ 5 ਹੀ ਡੱਡੂ ਰਹਿਣਗੇ, ਕਿਉਂਕਿ ਜਿਹੜੇ ਬਿਮਾਰ ਡੱਡੂ ਨੇ ਉਹ ਵੀ ਖੂਹ ਵਿੱਚ ਹੀ ਹਨ। ਅੱਗੇ ਹਨ ਵਰਡਸ ਫੋਰ ਪ੍ਰੈਕਟਿਸ। ਨੰਬਰ 1, ਕੀਪ, KEEP, ਕੀਪ। ਨੰਬਰ 2, ਡੀਪ, DEEP, ਡੀਪ। ਨੰਬਰ 3, ਜੀਪ, JEEP, ਜੀਪ। ਨੰਬਰ 4, ਵੀਪ, WEEP, ਵੀਪ। ਨੰਬਰ 5, ਬੀਪ, BEEP, ਬੀਪ। ਹਾਂਜੀ ਬੇਟਾ, ਇਹ ਸੀ ਅੱਜ ਦੀ ਸਵੇਰ ਦੀ ਸਭਾ ਦੀ ਸਲਾਈਡ। ਤੁਸੀਂ ਸਾਰਿਆਂ ਨੇ ਇਸ ਦੇ ਗਿਆਨ ਵਿਗਿਆਨ ਦੇ ਪ੍ਰਸ਼ਨ ਅਤੇ ਵਰਡਸ ਫੋਰ ਪ੍ਰੈਕਟਿਸ ਨੂੰ ਆਪਣੇ ਨੋਟਬੁੱਕਸ ਉੱਪਰ ਨੋਟ ਕਰਨਾ ਹੈ ਅਤੇ ਨਾਲ ਹੀ ਇਹਨਾਂ ਨੂੰ ਲਰਨ ਵੀ ਕਰਨਾ ਹੈ ਅਤੇ ਨਾਲ ਹੀ ਜਿਹੜਾ ਵਿਚਾਰ ਸੀ, ਅਨੁਸ਼ਾਸਨ ਪਸੰਦ ਲੋਕ ਸਭ ਤੋਂ ਵੱਧ ਸੁਖੀ ਹੁੰਦੇ ਹਨ, ਤੁਸੀਂ ਵੀ ਅਨੁਸ਼ਾਸਨ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਓਗੇ, ਬਣਾਉਣਾ ਹੈ ਅਤੇ ਹਰ ਇੱਕ ਕੰਮ ਜੋ ਹੈ ਉਹ ਅਨੁਸ਼ਾਸਨ ਵਿੱਚ ਰਹਿ ਕੇ ਹੀ ਕਰਨਾ ਹੈ ਅਤੇ ਨਾਲ ਹੀ ਤੁਹਾਡਾ ਜੋ ਪੈਸ ਦਾ ਟੈਸਟ ਆ ਰਿਹਾ ਹੈ ਉਸ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਪਾਰਟੀਸਪੇਟ ਕਰਨਾ ਹੈ ਅਤੇ ਉਸ ਦੇ ਲਈ ਤਿਆਰੀ ਜਿਹੜੀ ਉਹ ਬੜੇ ਵਧੀਆ ਤਰੀਕੇ ਨਾਲ ਕਰਨੀ ਹੈ। ਥੈਂਕ ਯੂ ਬੇਟਾ।